ਪਾਤਸ਼ਾਹੀ ਦਸਵੀਂ। ਤੋ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਕਿਰਪਾ ਕਰਦੇ ਹਨ ਮੋਹਰ ਲਾ ਕਰਕੇ। ਖੜਗ ਖੰਡਾ ਅਸੀ ਹਰਗਰ, ਮਹਾਰਾਜ ਸਾਹਿਬ ਜੀ ਨੇ ਇਹ 32 ਨਾਮ ਜਿਹੜੇ ਬ੍ਰਹਮੇ ਨੇ ਲਏ ਉਹ ਲਿਖੇ ਜੀ। ਖੜਗ ਖੰਡਾ ਤੇ ਅਸੀ, ਇਹ ਗੁਰੂ ਖਾਲਸਾ ਜੀ ਇੱਕੋ ਹੀ ਸ਼ਬਦ। ਮਹਾਰਾਜ ਸਾਹਿਬ ਜੀ ਦੀ ਸਰਬਲੋ ਬਾਣੀ ਪੜ੍ਹੀਏ, ਉੱਥੇ ਵੀ ਮਹਾਰਾਜ ਨੇ ਕੋਸ਼ਾਕਾਰ ਬਾਣੀ ਲਿਖੀ। ਜਿਵੇਂ ਧਨਖ ਦੇ ਪੰਜ ਨਾਮ ਲਿਖ ਦਿੱਤੇ, ਤੀਰਾਂ ਦੇ ਪੱਥਿਆਂ ਦੇ ਕਿੰਨੇ ਕਿੰਨੇ ਨਾਮ ਲਿਖ ਦਿੱਤੇ, ਝੰਡਿਆਂ ਦੇ ਨਾਮ ਵੀ ਇੱਕ ਤੁਕ ਵਿੱਚ ਕਿੰਨੇ ਕਿੰਨੇ ਲਿਖ ਦਿੱਤੇ, ਤੇ ਅਰਥ ਇੱਕੋ ਹੀ ਮੰਨਿਆ ਜਾਂਦਾ। ਜਿਵੇਂ ਇੱਕ ਥਾਂ ਮਹਾਰਾਜ ਨੇ ਲਿਖਿਆ ਕੁਵੰਡ ਧਨ ਧਨਖ ਸਾਰੰਗ, ਉੱਥੇ ਅਰਥ ਤੇ ਇੱਕੇ ਧਨਖ ਦਾ ਹੀ ਮੰਨਿਆ ਜਾਵੇ। ਇਹ ਪੁਰਾਣੀ ਵਿਧੀ ਹੁੰਦੀ ਸੀ ਵੀ ਕਵਿਤਾ ਦੇ ਵਿੱਚ ਕੋਸ਼ਾਕਾਰੀ ਕਰਨੀ, ਡਿਕਸ਼ਨਰੀ ਲਿਖਣੀ, ਉਹ ਮਹਾਰਾਜ ਸਾਹਿਬ ਨੇ ਉੱਥੇ ਵਰਤੀ। ਖੜਗ ਗੁਰੂ ਖਾਲਸਾ ਜੀ ਧਨ ਰਵੇਦ ਦੇ ਵਿੱਚ ਲਿਖਿਆ ਹੈ ਵੀ ਚਾਰ ਉਂਗਲਾਂ ਚੌੜਾ ਤੇ 50 ਉਂਗਲਾਂ ਲੰਬਾ ਖੜਗ ਹੁੰਦਾ ਹੈ। ਹੁਣ ਇਹਦੇ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਵੀ ਇਹ ਪੁਲਿੰਗ ਵਾਚਕ ਹੈ, ਇਸਤਰੀ ਵਾਚਕ ਨਹੀਂ ਹੈ। ਚੌੜਾ ਤੇ ਲੰਮਾ, ਚੌੜੀ ਤੇ ਲੰਮੀ ਨਹੀਂ ਲਿਖਿਆ। ਦੂਜਾ ਗੁਰੂ ਖਾਲਸਾ ਜੀ ਸੰਸਕ੍ਰਿਤ ਦਾ ਕੋਸ਼ ਪਟਿਆਲਾ ਯੂਨੀਵਰਸਿਟੀ ਤੋਂ ਛਪਿਆ ਹੈ ਸੰਸਕ੍ਰਿਤ ਪੰਜਾਬੀ, ਉਹਦੇ ਵਿੱਚ ਵੀ ਖੜਗ ਜਿਹੜਾ ਹੈ ਉਹ ਪੁਰਖ ਵਾਚਕ ਹੀ ਮੰਨਿਆ। ਖੜਗ ਨਾਮ ਖੰਡੇ ਦਾ ਹੈ ਤੇ ਖੰਡਾ ਅੱਗੇ ਉਹਦਾ ਨਾਮ ਆ ਗਿਆ। ਖੰਡਾ ਨਾਮ ਟੁਕੜੇ ਕਰਨ ਦਾ, ਟੁਕੜੇ ਕਰਦਾ। ਅਸੀਂ ਅਸ ਧਾਤੂ ਤੋਂ ਬਣਿਆ ਹੈ, ਅਸ ਮੈਨੇ ਹੁੰਦਾ ਇਹ ਕੱਟਣਾ, ਜਿਹੜਾ ਕੱਟੇ ਟੁਕੜੇ ਕਰੇ ਉਹਦਾ ਨਾਮ ਕੀ ਹੈ? ਖੜਗ। ਮਹਾਰਾਜ ਦਾ ਖੰਡੇ ਨਾਲ ਬੜਾ ਪਿਆਰ। ਨਮਸਕਾਰ ਸ੍ਰੀ ਖੜਗ ਕੋ ਕਰੋ ਸੁਹਿਤ ਚਿਤ ਲਾਈ, ਵਿਚਿੱਤਰ ਨਾਟਕ ਸ਼ੁਰੂ ਕੀਤਾ ਮਹਾਰਾਜ ਨੇ। ਉੱਥੇ ਕਿਹਾ ਮੈਂ ਖੰਡੇ ਨੂੰ ਮੱਥਾ ਟੇਕਦਾ। ਖੰਡਾ ਪ੍ਰਥਮੈ ਸਾਜ ਕਹਿ ਜਿਨ ਸਭ ਸਹਿ ਸਾਰ ਉਪਾਇਆ, ਉੱਥੇ ਵੀ ਖੰਡੇ ਨੂੰ ਮੱਥਾ ਟੇਕਿਆ। ਤੇ ਗੁਰੂ ਕੇ ਖਾਲਸੇ ਦੀ ਮਹਾਰਾਜ ਨੇ ਜੇ ਉਤਪੱਤੀ ਕੀਤੀ ਉਹ ਵੀ ਖੰਡੇ ਦੀ ਧਾਰਾ ਤੋਂ ਕੀਤੀ। ਦੋ ਕਿਰਪਾਨਾਂ ਜੁੜ ਜਾਣ ਤੇ ਖੰਡਾ ਬਣ ਜਾਂਦਾ, ਕਿਉਂਕਿ ਦੋ ਧਾਰਾ ਹੈ। ਮੰਨਿਆ ਜਾਂਦਾ ਜਿਹੜੇ ਸ਼ਸਤਰਵਿਧ ਗਿਆਤਾ ਨੇ, ਸ਼ਸਤਰਵਿਧ ਗਿਆਤਾ ਨੇ ਉਹ ਇਹ ਦੱਸਦੇ ਨੇ ਕਿ ਸਭ ਤੋਂ ਪਹਿਲਾਂ ਦੁਨੀਆਂ ਦੇ ਉੱਪਰ ਖੰਡਾ ਪੈਦਾ ਹੋਇਆ। ਜਿਵੇਂ ਗੁਰੂ ਖਾਲਸਾ ਜੀ ਪੰਛੀਆਂ ਦਾ ਰਾਜਾ ਗਰੜ ਨੂੰ ਕਹਿੰਦੇ ਨੇ, ਜਾਨਵਰਾਂ ਦਾ ਰਾਜਾ ਘੋੜੇ ਨੂੰ ਕਹਿੰਦੇ ਨੇ, ਹਾਂਜੀ ਇਸੇ ਤਰੀਕੇ ਦੇ ਨਾਲ ਸ਼ਸਤਰਾਂ ਦਾ ਰਾਜਾ ਖੰਡਾ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਿਹੜਾ ਹਵਨ ਕੁੰਡ ਦੇ ਵਿੱਚੋਂ ਪੈਦਾ ਹੋਇਆ ਉਹਨੂੰ ਖੜਗ ਕਹਿੰਦੇ, ਤੇ ਆਮ ਪੰਜਾਬੀ ਦੇ ਵਿੱਚ ਖੜਗ ਕਿਰਪਾਨ ਦਾ ਨਾਮ ਵੀ ਕਲਪ ਲਿਆ। ਮਾਨਕੋਸ਼ ਵਿੱਚ ਵੀ ਖੜਗ ਦਾ ਅਰਥ ਖੰਡਾ ਹੀ ਲਿਖਿਆ ਹੈ। ਸੋ ਖੰਡੇ ਦਾ ਹੀ ਨਾਮ ਖੜਗ ਹੈ, ਅਸੀ ਹੈ, ਇਹ ਇੱਕੋ ਹੀ ਹੈ। ਇਹ ਪਹਿਲਾ ਨਾਮ ਬ੍ਰਹਮਾ ਜੀ ਨੇ ਲਿਆ, ਦੂਜਾ ਨਾਮ ਲਿਆ ਅਰਗਰ। ਹੇ ਖੰਡੇ ਹੇ ਕਿਰਪਾਨ, ਕਿਰਪਾਨ ਦਾ ਅਰਥ ਹੁੰਦਾ ਹੈ ਜੋ ਜੰਗ ਦੇ ਮੈਦਾਨ ਵਿੱਚ ਕਿਰਪਾ ਨਾ ਕਰੇ, ਭਾਵੇਂ ਉਹ ਖੰਡਾ ਹੋਵੇ ਤੇ ਭਾਵੇਂ ਕਿਰਪਾਨ, ਭਾਵੇਂ ਉਹ ਤਲਵਾਰ ਹੋਵੇ, ਅਰਥ ਇੱਕੋ ਹੀ ਹੈ। ਇਸ ਵਾਸਤੇ ਉਹ ਕਹਿੰਦੇ ਹੈ ਵੀ ਹੇ ਖੜਗ, ਤੇਰਾ ਨਾਮ ਖੰਡਾ ਵੀ ਹੈ, ਤੇਰਾ ਨਾਮ ਅਸੀ ਵੀ ਹੈ, ਅਰ ਵੈਰੀਆਂ ਨੂੰ ਤੂੰ ਗਾਲਣ ਵਾਲੀ। ਖੜਗ ਖੰਡਾ ਅਸੀ ਇਹ ਪਹਿਲਾ ਨਾਮ ਹੈ, ਅਰਗਰ ਦੂਸਰਾ ਨਾਮ ਹੈ। ਧਰਮ ਰਛ ਤੱਕ ਛਤਰੀ, ਹਾਂ ਧਰਮ ਜੰਗ ਦੇ ਮੈਦਾਨ ਦੇ ਵਿੱਚ ਤੂੰ ਰਕਸ਼ਾ ਕਰਦੀ ਹੈ। ਇਹ ਤੱਕ ਛਤਰੀ, ਜਿਵੇਂ ਪੰਡਤਾਂ ਦੇ ਵਿੱਚ ਇੱਕ ਰੀਤੀ ਹੈ ਨਾ ਵੀ ਜਨੇਊ ਪਾਇਆ ਜਾਂਦਾ, ਜਦੋਂ 11 ਸਾਲਾਂ ਦਾ ਬੱਚਾ ਹੋਵੇ ਤੇ ਗਲ ਜਨੇਊ ਪਾਉਂਦੇ ਹੈ। ਇਸੇ ਤਰੀਕੇ ਦੇ ਨਾਲ ਗੁਰੂ ਖਾਲਸਾ ਜੀ ਛਤਰੀਆਂ ਵਿੱਚ ਵੀ ਇਹ ਰੀਤੀ ਸੀ, ਜਦੋਂ ਜਵਾਨ ਹੋ ਜਾਂਦਾ ਸੀ ਤੇ ਛੋਟਾ ਛਤਰ ਕੋ ਕਰਦ ਕੋ ਖੰਡਾ ਗਲ ਵਿੱਚ ਪਾਉਂਦੇ ਸਨ, ਤੇ ਉਹ ਕਹਿੰਦੇ ਸੀ ਵੀ ਸਦਾ ਤੂੰ ਰੱਖ ਨਾਲ। ਹੌਲੀ ਹੌਲੀ ਇਹ ਰੀਤੀ ਖਤਮ ਹੋ ਗਈ ਤੇ ਮਹਾਰਾਜ ਕਲਗੀਧਰ ਨੇ ਇਹ ਰੀਤੀ ਪੱਕੀ ਕੀਤੀ। ਜਿਹੜਾ ਮੇਰਾ ਸਿੰਘ ਹੈ ਇੱਕ ਛਤਰੀ ਹੈ, ਤੇ ਗਲੋਂ ਇਹਨੇ ਜਿਹੜੀ ਕਰਦ ਕਿਰਪਾਨ ਹੈ ਇਹ ਵਸਾਰਨੀ, ਇਹਨੂੰ ਗਲੇ ਵਿੱਚ ਰੱਖਣੀ। ਤੇ ਤੱਗ ਛਤਰੀ, ਤੱਗ ਦਾ ਮਹਿਣਾ ਹੁੰਦਾ ਇਹ ਧਾਗਾ, ਜਿਵੇਂ ਗਿਆਨੀ ਗਿਆਨ ਸਿੰਘ ਜੀ ਨੇ ਪੰਥ ਪ੍ਰਕਾਸ਼ 'ਚ ਲਿਖਿਆ ਹੈ, ਇਸ਼ਟ ਤੱਗ ਛਤਰੀਨ ਕਾ ਅਹੇ ਸਦਾ ਕਿਰਪਾਨ, ਭੋਗ ਮੋਖ ਜਸ ਇਸੀ ਤੈ ਮਿਲਤ ਕਰੋ ਪ੍ਰਮਾਨ। ਕਹਿੰਦਾ ਇਹ ਕਿ ਛਤਰੀਆਂ ਦਾ ਜਿਹੜਾ ਜਨੇਊ ਹੈ ਉਹ ਕੀ ਹੈ? ਉਹ ਕਿਰਪਾਨ ਹੀ ਹੈ। ਆਖੂ ਸਤਨਾਮ ਸ਼੍ਰੀ ਵਾਹਿਗੁਰੂ। ਦੁਨੀਆਂ ਦੇ ਵਿੱਚ ਭੋਗ ਪਦਾਰਥ ਤੇ ਪ੍ਰਲੋਕ ਵਿੱਚ ਮੁਕਤੀ ਇਹਦੇ ਤੋਂ ਹੀ ਪ੍ਰਾਪਤ ਹੁੰਦੀ ਹੈ।
ਸੋ ਤਗ ਛਤਰੀ ਦਾ ਮਹਿਣਾ ਇਹ ਵੀ ਛਤਰੀਆਂ ਦਾ ਜਨੇਊ ਰੂਪ ਵੀ ਤੂੰ ਹੀ ਹੈ। ਇਹ ਚੌਥਾ ਨਾਮ ਹੈ ਵਿਸ਼ਵ ਪਾਲ ਭੁਪਾਲ ਪਛ। ਵਿਸ਼ਵ ਪਾਲ ਸੰਸਾਰ ਨੂੰ ਤੂੰ ਪਾਲਦੀ ਹੈ, ਵੈਰੀਆਂ ਦਾ ਪਾਪੀਆਂ ਦਾ ਸੰਘਾਰ ਕਰਕੇ। ਇਹ ਪੰਜਵਾਂ ਨਾਮ ਹੈ। ਇਹ ਭੂਪਾਲ ਪਛ, ਭੂਪਾਲ ਰਾਜਿਆਂ ਦਾ ਪੱਖ ਕਰਦੀ, ਧਰਮੀ ਰਾਜਿਆਂ ਦਾ ਪੱਖ ਕਰਦੀ ਹੈ ਕਿਰਪਾਨ ਤੂੰ, ਜਾਂ ਧਰਮੀ ਰਾਜਿਆਂ ਦਾ ਪੱਖ ਕਰਦਾ ਇਹ ਖੰਡੇ ਤੂੰ। ਉਂਜ ਗੁਰੂ ਖਾਲਸਾ ਜੀ, ਖੰਡਾ ਕਿਰਪਾਨ ਤਲਵਾਰ ਭਾਵੇਂ ਖੰਡੇ ਨੂੰ ਪੁਰਖਵਾਚਕ ਕਰਕੇ ਵੀ ਲਿਖਿਆ ਹੈ, ਪਰ ਉਂਝ ਇਹ ਗੁਰੂ ਖਾਲਸਾ ਜੀ ਹੈ ਇਸਤਰੀ ਵਾਚਕ, ਕਿਉਂਕਿ ਇਹ ਸ਼ਕਤੀ ਦੇ ਅਵਤਾਰ ਹੈ ਨਾ, ਸ਼ਕਤੀ ਦੇ ਅਵਤਾਰ ਨੇ। ਇਸ ਵਾਸਤੇ ਇਹਨਾਂ ਨੂੰ ਭਾਵੇਂ ਇਹਨਾਂ ਦੀ ਰੂਪ ਰੇਖਾ ਵੇਖ ਕਰਕੇ ਇਹਨਾਂ ਨੂੰ ਪੁਰਖਵਾਚਕ ਇਸਤਰੀ ਵਾਚਕ ਕਰਕੇ ਲਿਖਿਆ ਹੈ। ਸਮੁੱਚੇ ਰੂਪ ਦੇ ਵਿੱਚ ਇਹ ਇਸਤਰੀ ਰੂਪ ਹੀ ਹੈ। ਕਿਵੇਂ? ਜਿਵੇਂ ਗੁਰੂ ਖਾਲਸਾ ਜੀ ਦੁਨੀਆਦਾਰੀ ਤੇ ਵੇਖੀਦਾ ਇਹ ਬੰਦਾ ਇਹ ਜਨਾਨੀ ਹੈ, ਪਰ ਜਦੋਂ ਕਾਲ ਪੁਰਖ ਦੇ ਸਾਹਮਣੇ ਜਾਂਦੇ ਆ ਉਦੋਂ ਸਾਰੀਆਂ ਕਾਲ ਪੁਰਖ ਦੀਆਂ ਇਸਤਰੀਆਂ ਹੀ ਨੇ। ਇਸ ਤਰੀਕੇ ਦੇ ਨਾਲ ਗੁਰੂ ਖਾਲਸਾ ਜੀ ਸਮੁੱਚੇ ਰੂਪ ਦੇ ਵਿੱਚ ਇਹ ਸਾਰੇ ਸ਼ਸਤਰ ਇਸਤਰੀ ਰੂਪ ਹੀ ਨੇ, ਕਿਉਂਕਿ ਇਹ ਸ਼ਕਤੀ ਦੇ ਅਵਤਾਰ ਨੇ। ਇਸ ਵਾਸਤੇ ਹੇ ਕਿਰਪਾਨ ਤੂੰ ਰਾਜਿਆਂ ਦਾ ਪਛ ਪੱਖ ਕਰਨ ਵਾਲੀ ਹੈ, ਇਹ ਛੇਵਾਂ ਨਾਮ ਹੈ। ਤੇ ਪਲ ਭਾਸ਼, ਪਲ ਨਾਮ ਮਾਸ ਦਾ ਹੈ, ਮਾਸ ਨੂੰ ਭਾਸ਼ ਕਹੀਏ ਭਖਸ਼ਣ ਵਾਲੀ। ਇਹ ਸੱਤਵਾਂ ਨਾਮ ਹੈ ਰਨ ਕੱਛ ਅਤਰੀ। ਰਨ ਜੰਗ ਦੇ ਮੈਦਾਨ ਦੇ ਵਿੱਚ ਜਿਹੜੇ ਅਤਰੀ ਕਹੀਏ ਅਸਤਰਧਾਰੀ ਸੂਰਮੇ ਹੈ, ਉਹ ਤੈਨੂੰ ਆਪਣੇ ਕਮਰ ਕੱਸੇ ਦੇ ਨਾਲ ਕੱਸਦੇ ਨੇ। ਇਹ ਅੱਠਵਾਂ ਨਾਮ ਲੈਣਾ ਕੀਤਾ ਰਾਜ ਮੰਡਾ ਅਤ ਪ੍ਰਚੰਡਾ। ਰਾਜਿਆਂ ਦੇ ਤਾਈ ਤੂੰ ਮੰਡਾ ਕਹੀਏ ਸ਼ਿੰਗਾਰਨ ਵਾਲੀ, ਜਿਹਨੇ ਕਿਰਪਾਨ ਪਾਈ ਹੋਵੇ ਉਹਦਾ ਟੌਰ ਹੀ ਦੂਣਾ ਹੋ ਜਾਂਦਾ। ਇਹ ਨਵਾਂ ਨਾਮ ਹੈ। ਤੇ ਅਤ ਪ੍ਰਚੰਡਾ, ਤੂੰ ਬਹੁਤ ਬਲੀ ਹੈ, ਚਮਕਦੀ ਹੈ ਜੰਗ ਦੇ ਮੈਦਾਨ ਦੇ, ਦਸਕਣ ਤੇਗਾਂ ਬਰਸ਼ੀਆਂ ਸੂਰਜ ਨਦਰ ਨਾ ਪਾਏ। ਜਦੋਂ ਤੂੰ ਚਮਕਦੀ ਹੈ ਸੂਰਜ ਵੀ ਸ਼ਰਮਿੰਦਾ ਹੁੰਦਾ। ਅਤ ਪ੍ਰਚੰਡ ਸਰੂਪ ਹੈ ਤੇਰਾ। ਇਹ ਦਸਵਾਂ ਨਾਮ ਹੈ ਈਸ਼ਵਰੀ ਕਰਵਾਰ ਹੈ। ਈਸ਼ਵਰ ਵਾਹਿਗੁਰੂ ਅਕਾਲ ਪੁਰਖ ਦੀ ਤੂੰ ਸ਼ਕਤੀ ਹੈ, ਇਸ ਵਾਸਤੇ ਈਸ਼ਵਰੀ। ਇਹ ਤੇਰਾ ਗਿਆਰਵਾਂ ਨਾਮ ਹੈ। ਤੇ ਕਰਵਾਰ ਦਾ ਅਰਥ ਹੁੰਦਾ ਇਹ ਨੌ ਵਰਗੀ ਤਿੱਖੀ ਤਲਵਾਰ। ਇਹ ਗੁਰੂ ਖਾਲਸਾ ਜੀ ਬਾਰਵਾਂ ਨਾਮ ਹੈ ਸਖਤ ਬ੍ਰਹਮਣੀ ਬਿਸ਼ਨਵੀ। ਅਤੇ ਸਖਤ ਮਹਿਣੇ ਤੂੰ ਦੁਰਗਾ ਏ, ਕਿਤੇ ਤੂੰ ਦੁਰਗਾ ਰੂਪ ਹੋ ਕੇ ਆਈ ਹੈ। ਇਹ ਤੇਰਵਾਂ ਨਾਮ ਬ੍ਰਹਮਣੀ, ਬ੍ਰਹਮੇ ਦੀ ਘਰਵਾਲੀ। ਇਹ ਚੌਦਵਾਂ ਸੁਰਸਤੀ ਰੂਪ ਹੋ ਕੇ ਆਈ ਹੈ ਕਿਤੇ, ਬਿਸ਼ਨਵੀ ਵਿਸ਼ਨੂੰ ਦੀ ਘਰਵਾਲੀ ਬਣ ਕੇ ਆਈ ਹੈ ਤੂੰ। ਇਹ ਪੰਦਰਵਾਂ ਨਾਮ ਤੇ ਭਵਾਨੀ ਭਵ ਨਾਮ ਸ਼ਿਵ ਦਾ, ਕਿਤੇ ਤੂੰ ਸ਼ਿਵ ਦੀ ਸ਼ਕਤੀ ਬਣ ਕੇ ਆਈ ਹੈ, ਪਾਰਵਤੀ ਬਣ ਕੇ ਆਈ ਹੈ। ਇਹ ਸੋਲਵਾਂ ਨਾਮ ਹੈ ਤੂੰ ਤਲਵਾਰ ਹੈ। ਇਹ ਤਲਵਾਰ ਤੂੰ ਹੀ, ਇਹ ਵੱਖੋ ਵੱਖਰੇ ਰੂਪ ਧਾਰੇ ਨੇ। ਇਹ ਤਲਵਾਰ ਸਤਾਰਵਾਂ ਨਾਮ, ਤਰ ਨਾਮ ਹੇਠਾਂ ਤੂੰ ਰਾਰੇ ਦੀ ਤੇ ਲੱਲੇ ਦੀ ਗੁਰੂ ਖਾਲਸਾ ਜੀ ਸਵਰਨ ਸੰਗਿਆ। ਇਸ ਵਾਸਤੇ ਤਲਵਾਰ ਤੇ ਤਲਵਾਰ ਇਹ ਦੋ ਸ਼ਬਦ ਮਿਲਦੇ। ਤਲ ਨਾਮ ਹੇਠਾਂ ਤੋਂ ਜਿਹੜਾ ਵਾਰ ਕਰੇ ਉਹਨੂੰ ਤਲਵਾਰ ਕਹਿੰਦੇ ਹੈ। ਇਹ ਸਤਾਰਵਾਂ ਨਾਮ ਹੈ ਨਿਤ ਜਯੋਤੀ ਮੁਕਤਦਾਇਕ। ਅਤੇ ਨਿਤ ਜਯੋਤੀ, ਜੋ ਨਿਤ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਹੈ ਉਹਦੀ ਤੂੰ ਜੋਤ ਹੈ, ਇਹ ਅਠਾਰਵਾਂ ਨਾਮ। ਤੇ ਮੁਕਤਦਾਇਕ, ਤੂੰ ਮੁਕਤੀ ਨੂੰ ਦੇਣ ਵਾਲੀ ਹੈ, ਇਹ ਗੁਰੂ ਖਾਲਸਾ ਜੀ ਉੱਨੀਵਾਂ ਨਾਮ। ਧਾਰਾ ਧਾਰ ਕਿਰਪਾਨ ਹੈ ਤੇ ਜੰਗ ਦੇ ਮੈਦਾਨ ਦੇ ਵਿੱਚ ਧਾੜ ਧਾੜ ਚੱਲਣ ਵਾਲੀ, ਤੇ ਤੂੰ ਕਿਰਪਾ ਨਹੀਂ ਕਰਦੀ ਧਾੜ ਧਾੜ ਚੱਲਦੀ ਜੰਗ ਦੇ ਮੈਦਾਨ ਵਿੱਚ, ਇਹ ਵੀਵਾਂ ਨਾਮ ਹੈ। ਚੰਡਕਾ ਅੰਮ੍ਰਿਤ ਜਗਤ ਜਨਨੀ ਕਾਲ ਕਾ ਗੁਣਹਾਨ ਹੈ। ਹਾਂ, ਚੰਡਕਾ, ਚੰਡਕਾ ਨਾਮ ਤਿੱਖੇ ਪ੍ਰਤਾਪ ਵਾਲੀ, ਜਾਂ ਚੰਡ ਦੈਂਤ ਨੂੰ ਮਾਰਨ ਵਾਲੀ ਹੈ ਤੂੰ, ਇਹ ਇੱਕੀਵਾਂ ਨਾਮ। ਤੇ ਮ੍ਰਿਤ ਜਗਤ ਜਨਨੀ, ਤੇ ਮ੍ਰਿਤ ਕਹੀਏ ਮਰਨਾ ਤੇ ਜਗਤ ਕਹੀਏ ਜਗਤ। ਇਹ ਜਗਤ ਨੂੰ ਮਾਤ ਲੋਕ ਵੀ ਕਹਿੰਦੇ ਆ, ਕਿਉਂ ਕਹਿੰਦੇ ਜੋ ਜਨਮਾ ਸੋ ਜਾਣੋ। ਇਹ ਜਗਤ ਦੇ ਉੱਪਰ ਮੌਤ ਨਿਸ਼ਚਿਤ ਹੈ, ਇਸ ਵਾਸਤੇ ਇਹਨੂੰ ਕਹਿੰਦੇ ਮ੍ਰਿਤ ਜਗਤ, ਇਹਨੂੰ ਮਾਤ ਲੋਕ ਵੀ ਕਹਿੰਦੇ। ਤੇ ਇਹ ਜਗਤ ਜਿਹੜਾ ਇਹ ਮਾਇਆ ਤੋਂ ਪੈਦਾ ਹੋਇਆ, ਜਦੋਂ ਮਾਇਆ ਦੇ ਸੰਯੁਕਤ ਵਾਹਿਗੁਰੂ ਹੈ, ਜਗਤ ਨੂੰ ਤੂੰ ਪੈਦਾ ਕਰਨ ਵਾਲੀ ਹੈ। ਤੋ ਪਰਮੇਸ਼ਰ ਦੀ ਸ਼ਕਤੀ ਹੈ ਨਾ ਕਿਰਪਾਨ, ਸ਼ਕਤੀ ਹੀ ਮਾਇਆ ਰੂਪ ਹੋ ਕੇ ਵਰਤੀ ਹੈ, ਸ਼ਕਤੀ ਕਿਰਪਾਨ ਰੂਪ ਹੋ ਕੇ ਵਰਤੀ ਹੈ। ਇਸ ਵਾਸਤੇ ਸਾਹਿਬ ਜੀ ਕਹਿੰਦੇ ਹੈ ਮਾਤ ਲੋਕ ਦੀ ਤੂੰ ਜਨਨੀ ਹੈ,
ਇਹ 22ਵਾਂ ਨਾਮ ਬ੍ਰਹਮੇ ਨੇ ਲੈਣਾ ਤੇ ਤੂੰ ਕਾਲੇ ਘਰ ਰੂਪ ਇਹ ਗੁਰੂ ਖਾਲਸਾ ਜੀ 22ਵਾਂ ਨਾਮ ਪੁਰਾਣਾਂ ਵਿੱਚ ਲਿਖਿਆ ਏ ਵੀ ਦੁਰਗਾ ਦੀ ਸਹਾਇਤਾ ਕਰਨ ਵਾਸਤੇ ਕਾਲਕਾ ਜੀ ਆਏ ਸੁਖਾ ਸਿੰਘ ਜੀ ਉਹਨਾਂ ਨੇ ਇੱਕ ਗੁਰੂ ਖਾਲਸਾ ਜੀ ਗੁਰਬਲਾਸ ਪਾਤਸ਼ਾਹ ਜੀ 10ਵੀਂ ਲਿਖਿਆ ਉਹਦੇ ਵਿੱਚ ਲਿਖਦੇ ਮੈਂ ਤੇ ਕਿਰਪਾਨ ਨੂੰ ਹੀ ਕਾਲਕਾ ਜਾਣਿਆ ਇਹਦਾ ਨਾਮ ਹੀ ਹੈ ਕਾਲਕਾ ਜੋ ਸਾਰਿਆਂ ਦਾ ਕਾਲ ਕਰਦੀ ਆਖੂ ਸਤਨਾਮ ਸ਼੍ਰੀ ਵਾਹਿਗੁਰੂ ਸਾਰਿਆਂ ਦਾ ਕਾਲ ਕਰਨ ਵਾਲੀ ਇਹ 22ਵਾਂ ਨਾਮ ਹੈ ਇਹ ਗੁਣ ਖਾਨ ਗੁਣਾਂ ਦੀ ਤੂੰ ਖਾਨ ਹੈ ਇਹ 24ਵਾਂ ਨਾਮ ਇੱਥੇ ਗੁਰੂ ਖਾਲਸਾ ਜੀ ਚੰਡਕਾ ਮੰਡਕਾ ਮੰਡਕਾ ਵੀ ਲਿਖਿਆ ਮਿਲਦਾ ਹੈ ਮੈਂ ਦਰਸ਼ਨ ਕੀਤੇ ਨੇ ਪ੍ਰਾਤਨ ਹੱਥ ਲਿਖਤ ਵੀ ਉਹਨਾਂ ਵਿੱਚ ਵੀ ਮੰਡਕਾ ਨਹੀਂ ਹੈ ਇੱਕ ਗੁਰੂ ਖਾਲਸਾ ਜੀ ਗਿਆਨੀ ਕਿਰਪਾਲ ਸਿੰਘ ਜੀ ਵੜਾਇਆ ਜੀ ਬਾਬਾ ਅਮਿਤ ਸਿੰਘ ਜੀ ਦੇ ਵਿਦਿਆਰਥੀ ਉਹਨਾਂ ਨੇ ਪੰਥ ਦੀ ਰਹਿਤ ਮਰਿਆਦਾ ਛਾਪੀ ਸੀ ਉਹਦੇ ਵਿੱਚ ਉਹਨਾਂ ਨੇ ਬ੍ਰਹਮ ਕਵਚ ਦਾ ਪਾਠ ਵੀ ਦਿੱਤਾ ਸੀ ਉਹਦੇ ਵਿੱਚ ਵੀ ਗੁਰੂ ਖਾਲਸਾ ਜੀ ਮੰਡਕਾ ਪਦਮੀ ਸੀ ਲਿਖਿਆ ਗਿਆਨੀ ਗਿਆਨ ਸਿੰਘ ਨੇ ਪੰਥ ਪ੍ਰਕਾਸ਼ ਉਹਦੇ ਵਿੱਚ ਵੀ ਮੰਡਕਾ ਪਦਮੀ ਲਿਖੀ ਫਿਰ ਬਾਬਾ ਸੰਤਾ ਸਿੰਘ ਸਾਹਿਬ ਜੀ ਦੇ ਵੇਲੇ ਇੱਕ ਖਾਲਸਾ ਸਤੋਤਰ ਛਪਿਆ ਸੀ ਜਿਹਦੇ ਵਿੱਚ ਖਾਲਸੇ ਜਿਹੜੇ ਸਵਈਏ ਪੜ੍ਹਦੇ ਸਨ ਗੁਰੂ ਕੀ ਸਿੰਘ ਉਹ ਲਿਖੇ ਸਨ ਉਹਦੇ ਵਿੱਚ ਬ੍ਰਹਮ ਕਵਚ ਲਿਖਿਆ ਉਹਦੇ ਵਿੱਚ ਵੀ ਮੰਡਕਾ ਨਹੀਂ ਸੀ ਮੰਡਕਾ ਨਾਲ ਚਾਲ ਵੱਧ ਜਾਂਦੀ ਹੈ ਸ਼ਾਇਦ ਕਿਤੇ ਗਲਤੀ ਨਾਲ ਕਿਤੇ ਪਦ ਪ੍ਰੈਸ ਦੀ ਗਲਤੀ ਨਾਲ ਲਿਖਿਆ ਗਿਆ ਹੈ ਸਾਹਿਬ ਜੀ ਕਹਿੰਦੇ ਨੇ ਕਿ ਤੂੰ ਗੁਣਾਂ ਦੀ ਖਾਨ ਹੈ ਕਿਰਪਾਨ ਇਹ 24ਵਾਂ ਨਾਮ ਕਿਹਾ ਹੈ ਅਕਾਲ ਯੋਤੀ ਨਿਹਕ ਲੰਕਾ ਮਹਾਬਲੀ ਤ੍ਰਿਤ ਮਾਨ ਹੈ ਇਹ ਇੱਕ ਤੋਂ ਗੁਰੂ ਖਾਲਸਾ ਜੀ ਸਵਾਮੀ ਬ੍ਰਹਮਦੇਵ ਜੀ ਨੇ ਦਰਸ਼ਨ ਕੀਤਾ ਸੀ ਤੇ ਉਹਨਾਂ ਨੇ ਇਹ ਲਿਖੀ ਹੈ ਇਹ ਭਵ ਮਾਨਕਾ ਖਲਹਾਨਕਾ ਰਤ ਪਾਨਕਾ ਜਗਮਾਨ ਹੈ ਇਹਦੇ ਨਾਲ ਤੋਲ ਬਣਦਾ ਜਿਹੜਾ ਛੰਦ ਹੁੰਦਾ ਇਹਦੀਆਂ ਦੋ ਦੋ ਤੁਕਾਂ ਹੁੰਦੀਆਂ ਵੇਖੋ ਤਗ ਛਤਰੀ ਰਾਨਕਾ ਛਤਰੀ ਇੱਥੇ ਇੱਕ ਬਣ ਗਿਆ ਅੱਗੇ ਕਰਵਾਰ ਹੈ ਤਲਵਾਰ ਹੈ ਇੱਥੇ ਦੋ ਬਣ ਗਿਆ ਅੱਗੇ ਕਿਰਪਾਨ ਹੈ ਗੁਣਖਾਨ ਹੈ ਇੱਥੇ ਤਿੰਨ ਬਣ ਗਿਆ ਅੱਗੇ ਧ੍ਰਿਤ ਮਾਨ ਹੈ ਜਗਮਾਨ ਹੈ ਇੱਥੇ ਚਾਰ ਬਣ ਗਿਆ ਛਤਰੀ ਤੇ ਅਤਰੀ ਇੱਥੇ ਪੰਜ ਸੰਪਤਾ ਤੇ ਅਕੰਪਤਾ ਇੱਥੇ ਛੇ ਤੇ ਛਿਆਂ ਦਾ ਇੱਕ ਬਣ ਗਿਆ ਐਸਾ ਗੁਰੂ ਖਾਲਸਾ ਜੀ ਇੱਕ ਤੁਕ ਘੱਟ ਸੀ ਸਵਾਮੀ ਜੀ ਨੇ ਕਿਧਰੇ ਦੇਖ ਕਰਕੇ ਪੂਰੀ ਕੀਤੀ ਹੈ ਅਤੇ ਅਸਾਂ ਨੇ ਇਹਨੂੰ ਇੱਥੇ ਠੀਕ ਮੰਨ ਕੇ ਗੁਟਕੇ ਸਾਹਿਬਾਂ ਵਿੱਚ ਵੀ ਲਿਖਿਆ ਹੈ ਅਤੇ ਇਹਦਾ ਪਾਠ ਵੀ ਕਰਦੇ ਅਤੇ ਅਕਾਲ ਪੁਰਖ ਪਰਮੇਸ਼ਰ ਦੀ ਤੂੰ ਜੋਤ ਹੈ ਇਹ 25ਵਾਂ ਨਾਮ ਹੈ ਨੇਕ ਲੰਕਾ ਤੈਨੂੰ ਕਲੰਕ ਕੋਈ ਨਹੀਂ ਹੈ ਕਿਰਪਾਨ ਤੂੰ ਧਰਮੀਆਂ ਦੀ ਸਦਾ ਸਹਾਇਤਾ ਕੀਤੀ ਹੈ 26ਵਾਂ ਹੈ ਮਾਂ ਬਲੀ ਤੂੰ ਬਹੁਤੇ ਬਲ ਵਾਲੀ ਹੈ ਇਹ 27ਵਾਂ ਨਾਮ ਹੈ ਅਤੇ ਧ੍ਰਿਤ ਮਾਨ ਜਿਹੜੇ ਧੀਰਜ ਧਾਰੀ ਨੇ ਉਹ ਵੀ ਤੈਨੂੰ ਮੰਨਦੇ ਨੇ ਤੇਰੀ ਪੂਜਾ ਕਰਦੇ ਨੇ ਇਹ ਗੁਰੂ ਖਾਲਸਾ ਜੀ 28ਵਾਂ ਨਾਮ ਤੂੰ ਬਹੁਤੇ ਬਲ ਵਾਲੀ ਹੈ ਇਹ ਧੀਰਜ ਨੂੰ ਮੰਨਦੀ ਹੈ ਜੰਗ ਦੇ ਮੈਦਾਨ 'ਚ ਕਾਹਲੀ ਨਾ ਕਰੇ ਧੀਰਜ ਨਾਲ ਜੇ ਤੈਨੂੰ ਕੋਈ ਚਲਾਵੇ ਨਾ ਉਹਦੇ 'ਤੇ ਜ਼ਿਆਦਾ ਖੁਸ਼ੀ ਕਰਦੇ ਜੇ ਕੋਈ ਐਵੇਂ ਸਿੱਧੀ ਚਲਾਈ ਜਾਵੇ ਉਹਦੇ 'ਤੇ ਨਹੀਂ ਜਿਹੜਾ ਤੇਰੇ 32 ਵਾਰਾਂ ਦੇ ਸਹਿਤ ਤੈਨੂੰ ਜੰਗ ਦੇ ਮੈਦਾਨ 'ਚ ਚਲਾਵੇ ਉਹਨੂੰ ਤੂੰ ਜੰਗ ਦੇ ਮੈਦਾਨ ਵਿੱਚ ਫਤਿਹ ਦਿੰਨੀ ਹੈ ਭਵ ਮਾਨਕਾ ਖਲਹਾਨਕਾ ਰਤ ਪਾਨਕਾ ਜਗਮਾਨ ਹੈ ਭਵ ਨਾਮ ਪ੍ਰੇਮ ਦਾ ਵੀ ਸੰਸਕ੍ਰਿਤ ਦੇ ਕੋਸ਼ਾਂ ਜਾਇਆ ਅਰਥ ਪ੍ਰੇਮੀਆਂ ਨੂੰ ਤੂੰ ਮੰਨਦੀ ਹੈ ਤੇ ਮੂਰਖਾਂ ਦਾ ਨਾਸ਼ ਕਰਦੀ ਹੈ ਭਵ ਮਾਨਕਾ 29 ਤੇ ਖਲਹਾਨਕਾ 30 ਤੇ ਰਤ ਪਾਨਕਾ ਖੂਨ ਨੂੰ ਪੀਨੀ ਹੈ ਤੇ ਜਗ ਮਾਨਕਾ ਇਹ 32ਵਾਂ ਨਾਮ ਰਤ ਪਾਨਕਾ 31ਵਾਂ ਖੂਨ ਪੀਨੀ ਹੈ ਸਾਰਾ ਜਗਤ ਤੈਨੂੰ ਮੰਨਦਾ ਹੈ ਕਿਉਂਕਿ ਤੂੰ ਜਗਤ ਦੀ ਸਹਾਇਤਾ ਵੀ ਕਰਦੀ ਹੈ ਵੀ ਬਾਕੀ ਜਿਹੜਾ ਕੋਈ ਮਾਰੇ ਉਹਨੂੰ ਦੁਨੀਆ ਮੰਨਦਾ ਹੈ ਉਹਨੂੰ ਮੰਨਦੀ ਹੈ ਦੁਨੀਆ ਇਹ 32 ਨਾਮ ਕਿਰਪਾਨ ਦੇ ਲਿਖੇ ਹਨ ਇਹ ਕਵਚ ਬ੍ਰਹਮਾ ਕੋ ਬਤੀਸਾ ਪੜੈ ਜੋ ਨਿਤ ਛਤਰੀ ਹਾਂ ਕਹਿੰਦੇ ਕਵਚ ਹੈ ਬ੍ਰਹਮੇ ਦਾ ਉਚਾਰਨ ਕੀਤਾ ਇਹਦੇ ਵਿੱਚ 32 ਨਾਮ ਕਿਰਪਾਨ ਦੇ ਬ੍ਰਹਮੇ ਨੇ ਲਏ ਹਨ ਜਿਹੜਾ ਕੋਈ ਛਤਰੀ ਇਸ ਨੂੰ ਪੜਦਾ ਏ ਨੇਮ ਦੇ ਨਾਲ ਰਣਜੀਤ ਲਹਿ ਨਿਰਭੀਤ ਰਹਿ ਰਿਤ ਸਿੱਧ ਪਾਵੈ ਅਤਰੀ ਹਾਂ ਜੰਗ ਦੇ ਮੈਦਾਨ ਨੂੰ ਉਹ ਜਿੱਤ ਲੈਂਦਾ ਏ ਜੰਗ ਦੇ ਮੈਦਾਨ ਦੇ ਵਿੱਚ ਉਹ ਨਿਡਰ ਰਹਿੰਦਾ ਉਹਨੂੰ ਡਰ ਨਹੀਂ ਕਿਸੇ ਦਾ ਹੁੰਦਾ ਤੇ ਅਤਰੀ ਕਹੀਏ ਅਸਤਰਧਾਰੀ ਰਿਧੀਆਂ ਤੇ ਸਿੱਧੀਆਂ ਨੂੰ ਪਾਵੈ ਪਾ ਲੈਂਦਾ ਹੈ ਲਹਿ ਵੇਦ ਭੇਦ ਜੋ ਪੜੈ ਵਿਪਰ ਬੈਸਿਆ ਧਨ ਸੁਖ ਸੰਪਤਾ ਸਾਹਿਬ ਜੀ ਕਹਿੰਦੇ ਜੇ ਕੋਈ ਵਿਪਰ ਬ੍ਰਾਹਮਣ ਇਹਨੂੰ ਪੜੇ ਉਹਨੂੰ ਫਿਰ ਵੇਦਾਂ ਦੇ ਭੇਦ ਆ ਜਾਂਦੇ ਚਾਰ ਵੇਦ ਸਿਮਰਤੀਆਂ ਸ਼ਾਇਤ ਸਾਰੇ ਉਹਨੂੰ ਭੇਦ ਆ ਜਾਂਦੇ
ਤੇ ਫਿਰ ਜੇ ਕੋਈ ਵੈਸਿਆ ਕੋਈ ਹੱਥੀਂ ਕਮਾਈ ਕਰਕੇ ਖਾਣ ਵਾਲਾ ਪੜੇ ਤੇ ਉਹਦੇ ਘਰ ਵਿੱਚ ਧਨ ਸੁੱਖ ਸੰਪੱਤੀ ਆ ਜਾਂਦੀ। ਕਿਉਂਕਿ ਗ੍ਰਿਸਤੀ ਨੂੰ ਇਹੋ ਹੁੰਦਾ ਮੇਰੇ ਘਰ ਧਨ ਦੌਲਤ ਆਵੇ, ਮੇਰੇ ਅੜੇ ਕੰਮ ਹੋਣ, ਮੈਨੂੰ ਕਿਸੇ ਪ੍ਰਕਾਰ ਦੀ ਕੋਈ ਤੋੜ ਨਾ ਵੱਜੇ, ਸਾਰੀਆਂ ਚੀਜ਼ਾਂ ਮੇਰੇ ਘਰ ਵਿੱਚ, ਸੰਪਦਾ ਮੈਨੇ ਸੰਪੱਤੀ ਸਭ ਕੁਝ ਹੀ, ਸਾਰੇ ਸੁੱਖ ਸਾਰਾ ਧਨ ਦੌਲਤ ਗ੍ਰਿਸਤੀ ਨੂੰ ਪ੍ਰਾਪਤ ਹੋ ਜਾਂਦਾ ਹੈ। ਧਨ ਧਾਮ ਤਨ ਅਰੋਗ ਸੁਧਰ ਪਾਏ ਸੁਖ ਅਕੰਪਤਾ। ਸੁਧ ਜਿਹੜਾ ਸੇਵਾ ਕਰਕੇ ਰੋਟੀ ਖਾਂਦਾ ਉਹਦੇ ਮਨ ਚ ਹੁੰਦਾ ਵੀ ਮੇਰੀ ਦੇਹ ਅਰੋਗ ਰਹੇ, ਕਿਉਂਕਿ ਉਹਨੂੰ ਹੁੰਦਾ ਵੀ ਮੈਂ ਨੌਕਰੀ ਜਾਣਾ, ਮੈਂ ਸੇਵਾ ਕਰਨੀ ਹੈ, ਤੇ ਜੇ ਮੈਂ ਬਿਮਾਰ ਹੋ ਗਿਆ ਤੇ ਮੇਰੀ ਤੇ ਨੌਕਰੀ ਛੁੱਟ ਜੂ, ਮੰਜੇ ਪੈ ਗਿਆ, ਦਿਹਾੜੀ ਕਰਕੇ ਖਾਣਾ ਹੈ, ਕਿੱਥੋਂ ਖਾਵਾਂਗਾ, ਬੱਚੇ ਕਿੱਥੋਂ ਪਾਲਾਂਗਾ। ਤੇ ਕਹਿੰਦੇ ਦੂਜਾ ਹੁੰਦਾ ਵੀ ਮੈਂ ਕੰਮ ਤੇ ਜਾਵਾਂ ਤੇ ਪੈਸੇ ਲਿਆ, ਤੇ ਸੂਦਰ ਦਾ ਤਨ ਵੀ ਅਰੋਗ ਰਵੇਗਾ ਤੇ ਉਹਦੇ ਘਰ ਵਿੱਚ ਧਨ ਵੀ ਨਹੀਂ ਮੁੱਕੇਗਾ। ਤੇ ਅਕੰਪਤਾ ਕਹੀਏ ਅਡੋਲ, ਨਾ ਡੋਲਣ ਵਾਲਾ ਨਾ ਮਿਟਣ ਵਾਲਾ ਸੁੱਖ ਉਹਨੂੰ ਪ੍ਰਾਪਤ ਹੋਵੇਗਾ। ਇੱਥੋਂ ਤੱਕ ਗੁਰੂ ਖਾਲਸਾ ਜੀ ਬ੍ਰਹਮ ਕਵਚ ਦਾ ਪਾਠ, ਪੁਰਾਤਨ ਲਿਖਤਾਂ 'ਚ ਵੀ ਆਇਆ ਹੈ ਤੇ ਦੂਸਰਾ ਗਿਆਨੀ ਗਿਆਨ ਸਿੰਘ ਜੀ ਨੇ ਵੀ ਇੱਥੋਂ ਤੱਕ ਹੀ ਮੰਨਿਆ, ਗਿਆਨੀ ਕਿਰਪਾਲ ਸਿੰਘ ਜੀ ਵੜਾਇਆ 'ਚ ਉਹਨਾਂ ਨੇ ਵੀ ਇੱਥੋਂ ਤੱਕ ਹੀ ਲਿਖਿਆ, ਤੇ ਬਾਬਾ ਜੀ ਬਾਬਾ ਸੰਤਾ ਸਿੰਘ ਜੀ ਨੇ ਜਿਹੜਾ ਖਾਲਸਾ ਸਤੋਤਰ ਨਾਮ ਦਾ ਗ੍ਰੰਥ ਛਾਪਿਆ ਸੀ ਉਹਦੇ ਵਿੱਚ ਅਕੰਪਤਾ ਤੱਕ ਪਾਠ ਪੂਰਾ ਕਰਕੇ ਤੇ ਇੱਥੇ ਡੰਡੀ ਲਗਾ ਦਿੱਤੀ, ਥੱਲੇ ਲਾਈਨ ਲਗਾ ਦਿੱਤੀ, ਤੇ ਥੱਲੇ ਲਿਖਿਆ ਦੋਹਰਾ ਇਹ ਬੋਲਾ ਅਰਗੋ, ਅਤੇ ਥੱਲੇ ਫਿਰ ਲਾਈਨ ਲਗਾ ਕੇ ਅੱਗੇ ਦੂਸਰਾ ਸ਼ਬਦ ਲਿਖਿਆ। ਇਹਦੇ ਤੋਂ ਭਾਵ ਇਹ ਹੈ ਵੀ ਬ੍ਰਹਮ ਕਵਚ ਦਾ ਪਾਠ ਇੰਨਾ ਹੀ ਹੈ ਕਿ ਪੁਰਾਣੇ ਸਿੰਘ ਇਹ ਦੋਹਰਾ ਨਾਲ ਪੜ੍ਹ ਦਿੰਦੇ ਸੀ ਵੀ ਇਹ ਬੋਲਾ ਹਰਗੋਬਿੰਦ ਕਾ ਸੁਣੋ ਖਾਲਸਾ ਵੀਰ, ਫਤਿਹ ਪਾਓ ਮੈਦਾਨ ਮੈਂ ਪਕੜ ਹੱਥ ਸਮਸੀ। ਵੀ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਉਹ ਹੀ ਕਹਿੰਦੇ ਸੀ ਜਿਹਦੇ ਹੱਥ ਵਿੱਚ ਤਲਵਾਰ ਹੈ ਉਹਦੀ ਜੰਗ ਦੇ ਮੈਦਾਨ ਵਿੱਚ ਫਤਿਹ ਹੈ, ਉਹਨੂੰ ਕਦੇ ਜੰਗ ਦੇ ਮੈਦਾਨ ਤੋਂ ਹਾਰ ਨਹੀਂ ਪ੍ਰਾਪਤ। ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵੀ ਬੋਲਾ ਹੀ ਹੈ, ਗੁਰੂ ਖਾਲਸਾ ਜੀ ਸੁਣੋ, ਜਿਹੜਾ ਆਪਣੇ ਹੱਥ ਵਿੱਚ ਤਲਵਾਰ ਫੁਕੜੇਗਾ ਉਹ ਜੰਗ ਦੇ ਮੈਦਾਨ ਵਿੱਚ ਫਤਿਹ ਪਾਵੇ। ਇਹ ਤਲਵਾਰ ਦੀ ਉਸਤਤ ਹੈ, ਇਹ ਪੁਰਾਣੇ ਸਿੰਘ ਕਿਤੇ ਦੋਹਰਾ ਉਹਨਾਂ ਨੇ ਸਰਵਣ ਕੀਤਾ ਹੋਵੇਗਾ ਤੇ ਨਾਲ ਪੜ੍ਹ ਕੇ ਭੋਗ ਪਾ ਦਿੰਦੇ ਸਨ। ਉੱਦਾਂ ਇਹ ਅਕੰਪਤਾ ਤੱਕ ਹੀ ਪਾਠ ਹੈ, ਬਾਕੀ ਪੰਥ ਵਿੱਚ ਇਹ ਮਰਿਆਦਾ ਹੈ ਵੀ ਇਹ ਦੋਹਰਾ ਪੜ੍ਹ ਕੇ ਤੇ ਭੋਗ ਪਾਉਣਾ ਤੇ ਨਾਲ ਪੜ੍ਹ ਲੈਣਾ ਚਾਹੀਦਾ ਹੈ। ਉਂਝ ਇੱਕ ਓਅੰਕਾਰ ਤੋਂ ਲੈ ਕੇ ਅਕੰਪਤਾ ਤੱਕ ਇਹ ਮਹਾਰਾਜ ਦੀ ਮੁੱਖ ਵਾਕ ਬਣ ਗਈ। ਮਹਾਰਾਜ ਨੇ ਉਚਾਰਨ ਕਿਉਂ ਕੀਤੀ ਇਹਦੇ ਬਾਬਤ ਵੀ ਸੰਪਰਦਾਵਾਂ ਵਿੱਚ ਦੱਸਦੇ ਨੇ ਵੀ ਜੰਗਾਂ ਯੁੱਧਾਂ ਦੇ ਵਿੱਚ ਜਦੋਂ ਗੁਰੂ ਖਾਲਸਾ ਜੀ ਤੁਰਕ ਭਾਰੀ ਹੋ ਜਾਂਦੇ ਸਨ, ਕਲਮੇ ਪੜ੍ਹਦੇ ਸਨ, ਤੇ ਮਹਾਰਾਜ ਦੇ ਸਿੱਖਾਂ ਨੇ ਬੇਨਤੀ ਕੀਤੀ ਵੀ ਮਹਾਰਾਜ ਤਲਵਾਰਾਂ ਨਾਲ ਤੇ ਜੰਗ ਕਰ ਲਾਂਗੇ ਤੇ ਉਹਦੇ ਕਲਮੇ ਪੜ੍ਹਦੇ ਨੇ, ਇਲਮ ਕਰਦੇ ਨੇ ਕਾਲੇ, ਉਹਨਾਂ ਦਾ ਕੀ ਕਰੀਏ। ਤੇ ਮਹਾਰਾਜ ਨੇ ਕਿਹਾ ਖਾਲਸੇ ਦਾ ਇਸ਼ਟ ਹੈ ਕਿਰਪਾਨ, ਤੁਸੀਂ ਜਦੋਂ ਜੰਗ ਨੂੰ ਜਾਣਾ ਬ੍ਰਹਮ ਕਵਚ ਪੜ੍ਹ ਕੇ ਜਾਇਆ ਕਰੋ, ਤੇ ਬ੍ਰਹਮ ਕਵਚ ਨਾਮ ਦੀ ਬਾਣੀ ਮਹਾਰਾਜ ਨੇ ਉਚਾਰੀ ਤੇ ਤੁਹਾਡੀ ਕਿਰਪਾਨ ਰਕਸ਼ਾ ਕਰੂਗੀ। ਜਿੱਥੇ ਕਿਰਪਾਨ ਚਲੀ ਜਾਵੇਗੀ ਨਾ ਉੱਥੇ ਕੋਈ ਕਲਮਾ ਨਹੀਂ ਚੱਲੇਗਾ, ਉੱਥੇ ਕੋਈ ਕਾਲਾ ਮੰਤਰ ਨਹੀਂ ਚੱਲੇਗਾ। ਆਪਾਂ ਕਿਰਪਾਨ ਗਲੇ ਪਾ ਲਏ, ਜਿਹੜੇ ਦੇ ਕਿਰਪਾਨ ਦੀ ਪੂਜਾ ਕਰਦੇ ਉਹਨੂੰ ਕੋਈ ਕਾਲਾ ਇਲਮ ਭੂਤ ਪ੍ਰੇਤ ਨਹੀਂ ਚੁੰਬੜਦਾ, ਜਿਹਨੇ ਕੋਈ ਅੰਮ੍ਰਿਤ ਛੱਕ ਕੇ ਕਿਰਪਾਨ ਕਦੇ ਮਾਂਜੀ ਨਹੀਂ, ਜਗਾਲ ਲੱਗਾ ਨਿਕਲਦੀ ਨਹੀਂ ਮਿਆਨੋ, ਉਹਦੀ ਰਕਸ਼ਾ ਕਿਰਪਾਨ ਨੇ ਕੀ ਕਰਨੀ। ਅੱਜ ਕੱਲ੍ਹ ਇਹੋ ਜਿਹੇ ਹੋ ਗਿਆ ਹੈ, ਡੋਰੀਆਂ ਨਾਲ ਕਿਰਪਾਨ ਬੰਨ ਲਈ ਤੇ ਉਹਨੂੰ ਮਾਂਜਿਆ ਹੀ ਕਦੀ, ਗਾਤਰੇ ਵਿੱਚ ਪਾ ਲਈ ਕਹਿੰਦੇ ਜੀ ਮਿਆਨ ਵਿੱਚ ਰੱਖਣੀ ਚਾਹੀਦੀ ਕਿਰਪਾਨ, ਤੇ ਕੱਢ ਕੇ ਨਹੀਂ ਵੇਖੀ ਕਦੇ, ਉਹ ਨਿਕਲਦੀ ਨਹੀਂ ਹੈ, ਜੰਗ ਹੀ ਇੰਨਾ ਲੱਗ ਜਾਂਦਾ, ਮਾਂਜੀ ਨਹੀਂ ਕਦੇ, ਉਹਦੀ ਰਕਸ਼ਾ ਕੀ ਕਰਨੀ ਹੈ। ਸ਼ਹਿਤਰ ਨੇ ਉਹਦੇ ਸ਼ਹਿਤਰ ਦਾ ਅਪਮਾਨ ਹੋਇਆ, ਉਹਦਾ ਗੁਰੂ ਖਾਲਸਾ ਜੀ ਪਾਪ ਲੱਗਦਾ ਹੈ। ਇਸ ਵਾਸਤੇ ਗੁਰੂ ਖਾਲਸਾ ਜੀ ਜਿਹੜਾ ਸ਼ਹਿਤਰ ਹੈ ਉਹ ਗਲ ਪਾਉਣਾ ਤੇ ਉਹਦੀ ਪੂਜਾ ਕਰਨਾ, ਉਹਨੂੰ ਆਸਣ ਤੇ ਰੱਖ ਕੇ ਮੱਥਾ ਵੀ ਟੇਕਣਾ ਹੈ, ਤੇ ਫਿਰ ਇਹ ਬ੍ਰਹਮ ਕਵਚ ਦਾ ਪਾਠ ਕਰਨਾ ਹੈ, ਅੱਗੇ ਭਗਵਤੀ ਸਤੋਤਰ ਦੀ ਕਥਾ ਵੀ ਆਵੇਗੀ ਉਹਦਾ ਵੀ ਪਾਠ ਕਰਨਾ ਹੈ, ਫਿਰ ਕੋਈ ਭੂਤ ਪ੍ਰੇਤ ਕੋਈ ਬਲਾ ਨੇੜੇ ਨਹੀਂ ਆਉਂਦੀ ਜਿੱਥੇ ਕਿਰਪਾਨ ਸਰਬਲੋ ਦਾ ਕੋਈ ਸ਼ਹਿਤਰ ਹੋਵੇ। ਸੋ ਗਿਆਨੀ ਗਿਆਨ ਸਿੰਘ ਜੀ ਅੱਗੇ ਲਿਖਦੇ ਹਨ, ਦੋਹਰਾ ਜਾਬਿਦ ਨਾਮ ਉਚਾਰ ਬਿਦ ਪੁਨਾ ਕਰਿਓ ਕਹਿਓ ਪ੍ਰਯੋਗ। ਫਿਰ ਕਹਿੰਦੇ ਜੀ ਮਹਾਰਾਜ ਨੇ ਕਲਗੀਧਰ ਨੇ ਇਸ ਤਰੀਕੇ ਦੇ ਨਾਲ ਤੇ ਇਹ ਬ੍ਰਹਮ ਕਵਚ ਉਚਾਰ ਕਰਕੇ ਤੇ ਉਹਨਾਂ ਨੇ ਵਿਧੀ ਦੇ ਨਾਲ ਪ੍ਰਯੋਗ ਕਰਨਾ ਵੀ ਗਿਆ,
ब्रह्मा जी ने भी ये विधि का वर्णन किया जो पुराणा विच मिलता है। पाठ सवा लख हवन कर जीत जंग तब होगा। जेड़ा हवन करके सवा लख पाठ करता है ओदी जंग दे मैदान दे विच जीत हुंदी है। शिव त्रिपुर को मार कै दई मरीच है हाथ। जेड़ा त्रिपुर तीन दैंत सन शिव ने कृपाण दे नाल मार के ना उन्हां तिन्हां दैंतां ते ए कृपाण मरीच नूं दे दित्ती। मरीच कौन सी? सत्तां रिखियां विचों ब्रह्मे दा वड्डा पुत्र, उहदा नाम सी मरीच। ते ब्रह्मे दी कृपाण ਉਹਨਾਂ ਨੇ ਉਹਦੇ ਮੁੰਡੇ ਨੂੰ ਦੇ ਦਿੱਤੀ ਵੀ ਆਪਣੇ ਪਿਤਾ ਨੂੰ ਦੇ ਦਵੀ। ਜਿਸ ਤੈ ਇੰਦਰ ਲਹਿ ਦਿਓ ਧਿਰਤਾਸੁਰ ਦਲ ਸਾਥ। ਤੇ ਫਿਰ ਇੱਕ ਹੈਗਾ ਸੀ ਬ੍ਰਿਤਰਾਸੁਰ, ਅਜੇ ਮਰੀਜ ਨੇ ਕਿਰਪਾਨ ਲਈ ਸੀ ਉਹਨੇ ਚਿਰ ਨੂੰ ਬ੍ਰਿਤਰਾਸੁਰ ਪੈਦਾ ਹੋ ਗਿਆ। ਮਰੀਜ ਨੇ ਰੱਖੀ ਸੀ ਆਪਣੇ ਕੋਲ ਕਿਉਂਕਿ ਪਿਤਾ ਦੀ ਵਸਤੂ ਸੀ ਤੇ ਪੁੱਤ ਕੋ ਰਹਿਣੀ ਸੀ। ਤੇ ਇੰਦਰ ਨੇ ਮੰਗੀ ਵੀ ਮਰੀਜ ਮੈਨੂੰ ਕਿਰਪਾਨ ਦਵੀ, ਮੈਂ ਬ੍ਰਿਤਰਾਸੁਰ ਮਾਰਨਾ, ਇਹ ਮਰਦਾ ਨਹੀਂ। ਤੇ ਫਿਰ ਇੰਦਰ ਨੇ ਉਹ ਬ੍ਰਿਤਰਾਸੁਰ ਦੈਂਤ ਨੂੰ ਬ੍ਰਹਮੇ ਦੇ ਪੁੱਤਰ ਮਰੀਚ ਤੋਂ ਖੜਗ ਲੈ ਕਰਕੇ ਮਾਰਨਾ ਕੀਤਾ। ਫਿਰ ਦਿਗ ਜੋ ਟਿਗ ਰਹੀ ਤਿਨੈ ਮਨੂ ਕੋ ਦੀਨ। ਫਿਰ ਗੁਰੂ ਖਾਲਸਾ ਜੀ ਇਹ ਦਿਸ਼ਾ ਪਾਲ ਉਹਦੇ ਕੋਲ ਇਹ ਕਿਰਪਾਨ ਆ ਗਈ, ਇੰਦਰ ਨੇ ਦਿਸ਼ਾ ਪਾਲ ਨੂੰ ਦੇ ਦਿੱਤੀ। ਦਸਾਂ ਦਿਸ਼ਾਵਾਂ ਦੇ ਵਿੱਚ 10 ਹਾਥੀ ਮੰਨੇ ਆ। ਫਿਰ ਕਹਿੰਦੇ ਦਿਸ਼ਾ ਪਾਲ ਨੂੰ ਕਿਰਪਾਨ ਦੇ ਦਿੱਤੀ ਤੇ ਉਹਦੇ ਤੋਂ ਅੱਗੇ ਫਿਰ ਬ੍ਰਹਮੇ ਦਾ ਇੱਕ ਪੁੱਤਰ ਹੈ ਜਿਸ ਤੋਂ ਮਨੁੱਖ ਜਾਤੀ ਚੱਲੀ ਜਿਹਨੂੰ ਮਨੂ ਕਹਿੰਦੇ। ਫਿਰ ਦਿਸ਼ਾ ਪਾਲ ਤੋਂ ਮਨੂ ਨੇ ਇਹ ਕਿਰਪਾਨ ਲੈ ਕਰਕੇ ਆਪਣੇ ਕੋਲ ਰੱਖ ਲਈ। ਮਨ ਤੇ ਕਿਰਪਾ ਦਰਾਉਣ ਲੈ ਕਰੇ ਅਸੁਰਗਨ ਸੀਨ। ਗਿਆਨੀ ਗਿਆਨ ਸਿੰਘ ਜੀ ਕਹਿੰਦੇ ਫਿਰ ਮਨੂ ਤੋਂ ਦਰੋਣਾਚਾਰੀਆ ਨੇ ਕਿਰਪਾਨ ਲੈ ਲਈ ਦੁਆਪਰ ਵਿੱਚ। ਦਰੋਣਾਚਾਰੀਆ ਨੂੰ ਉਹਨੂੰ ਕਿਰਪਾ ਦਰਾਉਣ ਵੀ ਕਹਿੰਦੀ ਸੀ। ਕਿਰਪਾ ਉਹਦੀ ਘਰਵਾਲੀ ਦਾ ਨਾਮ ਸੀ, ਕਿਰਪਾ ਦਾ ਪਤੀ ਉਹਨੂੰ ਕਿਰਪਾ ਦਾਉਣ ਦਰੋਣਾਚਾਰੀਆ। ਸੋ ਉਹਨੇ ਲੈ ਕਰਕੇ ਅਸੁਰ ਦੰਤਾਂ ਦਾ ਨਾਸ਼ ਕੀਤਾ, ਵਿਨਾਸ਼ ਕੀਤਾ। ਤਾਹੀ ਸੋ ਦੇਵੀ ਹਤੇ ਸੁੰਬਨ ਸੁੰਬੈ ਆਦ। ਗਿਆਨੀ ਗਿਆਨ ਸਿੰਘ ਜੀ ਕਹਿੰਦੇ ਇਸੇ ਕਿਰਪਾਨ ਦੇ ਨਾਲ ਹੀ ਦੁਰਗਾ ਦੇਵੀ ਨੇ ਸੁੰਬ ਤੇ ਨਸੁੰਬ ਨੂੰ ਮਾਰਿਆ। ਇੱਥੇ ਹੁਣ ਸਿੱਧ ਗੱਲ ਕਰ ਦਿੱਤੀ ਹੈ ਵੀ ਮਹਾਰਾਜ ਨੇ ਦੇਵੀ ਕਿਹਨੂੰ ਕਿਹਾ ਹੈ, ਭਗਵਤੀ ਕਿਹਨੂੰ ਕਿਹਾ ਹੈ, ਕਿਰਪਾਨ ਨੂੰ ਕਿਹਾ ਹੈ। ਇੱਥੇ ਦੇਵੀ ਅੱਡ ਕਿਰਪਾਨ ਅੱਡ ਨਿਖਾਰ ਕੇ ਗੱਲ ਰੱਖ ਦਿੱਤੀ ਗਿਆਨੀ ਗਿਆਨ ਸਿੰਘ ਨੇ। ਸੋ ਕਿਰਪਾਨ ਗੁਰ ਕਰ ਆਈ ਹਵਨ ਕਰਨ ਪ੍ਰਸਾਦ। ਫਿਰ ਮਹਾਰਾਜ ਨੇ ਜਦੋਂ ਉੱਥੇ ਨੈਣਾ ਦੇਵੀ ਦੇ ਟਿੱਲੇ ਤੇ ਸਾਖੀ ਦੱਸੀ ਹੈ, ਸਾਰੀ ਸਮੱਗਰੀ ਸੁੱਟੀ ਤੇ ਉਹ ਹਵਨ ਕੁੰਡ ਦੇ ਵਿੱਚੋਂ ਕਿਰਪਾਨ ਨਿਕਲੀ, ਮਹਾਰਾਜ ਨੇ ਪਕੜੀ ਉਹ ਤੇ ਸਤਿਗੁਰੂ ਸਾਹਿਬ ਜੀ ਦੇ ਕੋਲ ਉਹ ਗੁਰੂ ਕਲਗੀਧਰ ਦੇ ਪਾਸ ਉਹ ਕਿਰਪਾਨ ਆਈ। ਜਿਤ ਕਪੂਪ ਅਵਤਾਰ ਮੁਨ ਹੋਏ ਜਗਤ ਮਝਾਰ। ਇਹ ਕਹਿੰਦੇ ਜਿੰਨੇ ਵੀ ਦੁਨੀਆਂ ਦੇ ਉੱਪਰ ਮੁਨੀ ਹੋਏ ਨੇ, ਅਵਤਾਰ ਪੁਰਖ ਹੋਏ ਨੇ, ਰਾਜੇ ਹੋਏ ਨੇ ਹਨ, ਖੰਡਾ ਸਭ ਪੂਜਤ ਰਹੇ ਜਾਨ ਰੂਪ ਕਰਤਾ। ਸਾਰੇ ਖੰਡੇ ਦੀ ਪੂਜਾ ਕਰਦੇ ਨੇ, ਖੜਗਦਾਰ ਖੰਡਾ ਹੈ। ਗਿਆਨੀ ਗਿਆਨ ਸਿੰਘ ਨੇ ਅਰਥ ਨਿਖਾਰ ਦਿੱਤਾ ਕਿਉਂਕਿ ਖੰਡਾ ਗੁਰੂ ਖਾਲਸਾ ਜੀ ਸ੍ਰਿਸ਼ਟੀ ਦੇ ਆਰੰਭ ਕਾਲ ਖੰਡਾ ਪ੍ਰਥਮਾ ਸਾਜ ਪਰਮੇਸ਼ਰ ਦੀ ਸ਼ਕਤੀ ਦਾ ਨਾਮ ਹੈ ਕਿਉਂਕਿ ਜੋ ਖੰਡ ਕਰੇ ਨਾਸ਼ ਕਰੇ ਉਹਨੂੰ ਖੰਡਾ ਕਹਿੰਦੇ। ਤੋ ਪਰਮੇਸ਼ਰ ਦੀ ਸ਼ਕਤੀ ਵਿਦਾਂਤੀਆਂ ਨੇ ਉਹਨੂੰ ਮਾਇਆ ਕਿਹਾ, ਸ਼ਕਤੀਆਂ ਨੇ ਉਹਨੂੰ ਖੰਡਾ ਕਿਹਾ ਹੈ। ਪ੍ਰਥਮਾ ਖੰਡਾ ਸਾਜ ਵਿਦਾਂਤੀ ਉਹਦਾ ਅਰਥ ਮਾਇਆ ਕਰਦੇ, ਮਹਾਰਾਜ ਨੇ ਉਹਦਾ ਅਰਥ ਖੰਡਾ ਕੀਤਾ ਕਿਉਂਕਿ ਕਸ਼ਤਰੀ ਸਨ। ਤੇ ਸਾਹਿਬ ਜੀ ਦੇ ਵੱਲੋਂ ਇਹ ਗਿਆਨੀ ਗਿਆਨ ਸਿੰਘ ਜੀ ਕਹਿ ਰਹੇ ਵੀ ਜਿੰਨੇ ਦੁਨੀਆਂ ਤੇ ਹੋਏ ਨੇ ਉਹ ਸਾਰੇ ਖੰਡੇ ਦੀ ਹੀ ਪੂਜਾ ਕਰਦੇ ਰਹੇ ਆ ਰੱਬ ਦਾ ਰੂਪ ਜਾਣ ਕਰਕੇ। ਅਨੂਪ ਅਕਾਲ ਕੋ ਲੱਕ ਸਤਿਗੁਰ ਕਿਰਪਾਨ। ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਵੀ ਖੰਡੇ ਨੂੰ ਕਿਰਪਾਨ ਨੂੰ ਵਾਹਿਗੁਰੂ ਅਕਾਲ ਪੁਰਖ ਦਾ ਹੀ ਰੂਪ ਜਾਣਿਆ ਏ। ਮਾਨਨ ਪੂਜਨ ਜੋਗ ਲਖਕੀਨੋ ਪੀਰ ਬਖਾਨ। ਮਰੀ ਸਾਹਿਬ ਇਸ ਵਾਸਤੇ ਕਾਲ ਪੁਰਖ ਦਾ ਹੀ ਰੂਪ ਜਾਣਿਆ ਏ, ਕਾਲ ਪੁਰਖ ਦੀ ਸ਼ਕਤੀ ਹੈ, ਸ਼ਕਤੀ ਸ਼ਕਤੀ ਤੋਂ ਭਿੰਨ ਨਹੀਂ ਹੁੰਦੀ। ਇਸ ਵਾਸਤੇ ਮਹਾਰਾਜ ਨੇ ਆਪਣੀ ਬਾਣੀ ਚ ਕਿਹਾ ਕਿਰਪਾਨ ਖੰਡੋ ਖੜਗ ਤੁਬਕ ਤਬਰੇ ਅਰ ਤੀਰ ਸਾਹਿਬ ਸਰੋਹੀ ਸਹਿ ਦੀ ਜੈ ਹਮਾਰੇ ਪੀਰ। ਮਰੀ ਸਾਹਿਬ ਵਾਹਿਗੁਰੂ ਦੀ ਸ਼ਕਤੀ ਵਾਹਿਗੁਰੂ ਦਾ ਹੀ ਰੂਪ ਹੈ, ਇਸ ਵਾਸਤੇ ਲਿਖਿਆ ਮਹਾਰਾਜ ਨੇ ਆਪਣੀ ਬਾਣੀ ਵਿੱਚ ਵੀ ਸ਼ਸਤਰ ਵੀ ਸਾਡੇ ਇਸ਼ਟ ਦੇਵ ਹਨ। ਜਿਵੇਂ ਬਾਣੀ ਅਕਾਲ ਪੁਰਖ ਤੋਂ ਆਈ ਤੇ ਬਾਣੀ ਵੀ ਇਸ਼ਟ ਬਣ ਗਈ ਤੇ ਇਹ ਸ਼ਸਤਰ ਵੀ ਅਕਾਲ ਪੁਰਖ ਤੋਂ ਹੀ ਪੈਦਾ ਹੋਏ, ਅਕਾਲ ਪੁਰਖ ਦਾ ਹੀ ਰੂਪ ਨੇ।
इस वास्ते शस्त्र भी इष्ट हन खालसे दा। सुखद वस्त सब इष्ट है, दुखद अनिष्ट पछान। जड़ी चीज सुख दवे वो इष्ट होंगी, जड़ी चीज दुख दवे वो अनिष्ट होंगी, वो इष्ट नहीं होंगी। ते सुखद सर्ब था तेग लख महिमा करीब खा, कृपान सारी थावां ते सुख दिंदी है। इस वास्ते महाराज साहब जी ने ओदी महिमा अपनी बाणी दे विच वी भगवती स्तोत्र नाम की गुरबाणी उचार करके की है। अगे ज्ञानी ज्ञान सिंह जी ने भगवती स्तोत्र का पाठ लिखा है जो पंथ विच पढ़िया जाता है। सो इहदी कथा आप जी कल दे दीवान विच सरवण करियो। अज इन्नी हाजरी प्रवान करो जी, होई भुल चुक दी खिमा। प्यार दे नाल सारा ही प्रसंग सरवण करो, सतगुरु जी की खुशी प्राप्त करो जी। सुखद वस्त सब इष्ट है, दुखद अनिष्ट पछान। सुखद सर्ब थां तेग लख महिमा।